ਪਾਈਟ ਪਟਵਾਰ ਬੰਦਣਾ ਤੇ ਘਾਰੀ ਸੰਬੰਧਿਤ ਮੁਰਦਾਬਾਦ ਕਣਕ ਤੇ ਮਨਰੇਗਾ ਦੀ ਹੇਰਾ ਫੇਰੀ ਬੰਦ ਕਰੋ ਮਜ਼ਦੂਰਾਂ ਨਾਲ ਤੱਕੇ ਚਾਈ ਨਹੀਂ ਚਲੇ ਹਲਕਾ ਇੰਚਾਰਜ ਮੁਰਦਾਬਾਦ ਆਪ ਪਾਰਟੀ ਦੀ ਤੱਕੇ ਚਾਈ ਮੁਰਦਾਬਾਦ ਮੈਨਾਂ ਦਾ ਇੱਕ ਜਿੰਦਾਬਾਦ ਪੰਜਾਬ ਜਿੰਦਾਬਾਦ ਕਿਦਾ ਹਲਕਾ ਇੰਚਾਰਜ ਮੁਰਦਾਬਾਦ ਲੋਕਾਂ ਦੀ ਕਣਕ ਖਾਣ ਵਾਲੀ ਸਰਕਾਰ ਮੁਰਦਾਬਾਦ ਸਰਕਾਰ ਹਾਏ ਹਾਏ ਗਰੀਬਾਂ ਨਾਲ ਤੱਕਾ ਕਰਨ ਵਾਲੀ ਸਰਕਾਰ ਮੁਰਦਾਬਾਦ ਪੰਜਾਬ ਦੇ ਤੱਕੇ ਚਾਈ ਮਜ਼ਦੂਰਾਂ ਨਾਲ ਨਹੀਂ ਚੱਲੇਗੀ ਪੰਜਾਬ ਸਰਕਾਰ ਹਾਏ ਹਾਏ ਆਮ ਪਾਰਟੀ ਦਾ ਖੁੱਟਾ ਚੱਲਣ ਵਾਲੀ ਆਮ ਪਾਰਟੀ ਦੀ ਸਰਕਾਰ ਮੁਰਦਾਬਾਦ ਮਜ਼ਦੂਰਾਂ ਨਾਲ ਤੱਕੇ ਚਾਈ ਬੰਦ ਕਰੋ आम आदमी पार्टी सरकार हाय हाय लोगों धक्का करने वाली सरकार मुर्दाबाद ਕਾਮਰੇਡ ਮਨਜੀਤ ਰਾਜ ਬਟਾਲਾ ਸੂਬਾ ਆਗੂ ਮਜ਼ਦੂਰ ਟ੍ਰੇਡ ਯੂਨੀਅਨ ਆਫ ਪੰਜਾਬ ਜਿਹੜਾ ਸੈਕਟਰੀ ਆ ਮੈਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਅੱਜ ਧਰਨਾ ਲਾਇਆ ਅੱਜ ਜੀ ਧਰਨਾ ਇਹ ਇਲਾਕੇ ਦੇ ਵਿੱਚ ਸਮੱਸਿਆ ਐਡੀ ਵੱਡੀ ਆ ਜੇਕੀ ਜਿਹੜੀ ਸਸਤੇ ਰਾਸ਼ਨ ਵਾਲੀ ਕਣਕ ਆ ਉਹ ਪਿੰਡਾਂ 'ਚੋਂ ਸਾਡੇ ਵਰਕਰ ਦੱਸ ਰਹੇ ਨੇ ਕਿ ਕਣਕ ਜਿਹੜੀ ਆ ਦੋ ਦੋ ਵਾਰ ਫੂਡ ਸਪਲਾਈ ਵਿਭਾਗ ਦੇ ਜਿਹੜੇ ਅਧਿਕਾਰੀ ਅਤੇ ਜਿਹੜੇ ਘਰਾਮ ਚੌਧ ਨੂੰ ਬਣਾਏ ਨੇ ਇਹਨਾਂ ਨੇ ਪਿੰਡਾਂ ਦੇ ਵਿੱਚ ਡਿਪੂ ਖੋ ਕੇ ਉਹਦੇ ਕੋਲ ਜਿਹੜਾ ਘਰਾਮ ਚੌਧ ਨੂੰ ਲਾਏ ਹੋਏ ਨੇ ਦੋ ਦੋ ਵਾਰ ਪਰਚੀਆਂ ਕੱਟਦੀਆਂ ਉਹਨਾਂ ਦੀਆਂ ਲੋਕਾਂ ਦੀਆਂ ਪਰ ਕਣਕ ਜਿਹੜੀ ਆ ਇੱਕ ਵਾਰ ਨਹੀਂ ਮਿਲੀ ਮਨਰੇਗਾ ਦਾ ਹਾਲ ਵੇਖੀਏ ਤੇ 0% ਚੱਲ ਰਿਹਾ ਪਿੰਡਾਂ ਦੇ ਵਿੱਚ ਪਹਿਲੋਂ ਕਣਕ ਦਾ ਦੱਸੋਗੀ ਕਣਕ ਇੱਕ ਜੀ ਨੂੰ ਕਿੰਨੀ ਮਿਲਦੀ ਕਣਕ ਜੀ ਦੇਖੋ 35 ਕਿਲੋ ਦੇ ਹਿਸਾਬ ਨਾਲ 2 ਕੋਟੇ ਸਾਡੇ ਖਾ ਗਏ ਨੇ ਅਸੀਂ ਇਹ ਚੀਜ਼ ਦਾ ਪ੍ਰੂਫ ਕਰਨੇ ਆ ਦੋ ਦੋ ਵਾਰ ਇਹਨਾਂ ਨੇ ਪਰਚੀਆਂ ਕਿਉਂ ਕੱਟੀਆਂ ਅਸੀਂ ਤੁਹਾਨੂੰ ਪਰਚੀਆਂ ਦੱਸ ਦਿੰਦੇ ਹਾਂ ਸਾਡੇ ਕੋਲ ਪਰਚੀਆਂ ਵਾ ਦੋ ਦੋ ਵਾਰ ਪਰਚੀਆਂ ਕੱਟਦੀਆਂ ਉਹਨਾਂ ਦੀ ਡੇਟ ਲੰਘੀ ਕਿਹੜੇ ਪਿੰਡ ਦੀ ਗੱਲ ਆ ਇਹ ਪਿੰਡ ਮਲਕਵਾਲ ਦੀ ਗੱਲ ਆ ਕਈ ਪਿੰਡਾਂ ਦੀ ਗੱਲ ਆ ਮੈਂ ਤੁਹਾਨੂੰ ਸੈਂਕੜੇ ਦਰਜਨਾ ਪਿੰਡ ਦੱਸ ਦਿਆਂਗਾ ਜਿਹੜੇ ਡੀਪੂ ਹੋਲਡਰ ਕਿਹੜਾ ਡੀਪੂ ਹੋਲਡਰ ਜੀ ਮਲਕਵਾਲ ਦਾ ਮੈਨੂੰ ਪਤਾ ਨਹੀਂ ਆ ਉਹਦਾ ਮੈਂ ਤੁਹਾਨੂੰ ਦੱਸ ਰਿਹਾ ਵੀ ਸਾਡੀ ਨੀਲਮ ਜੀ ਦੇਖੋ ਜੀ ਪਿੰਡਾਂ ਦੇ ਵਿੱਚ ਇੰਨਾ ਬੁਰਾ ਹਾਲ ਆ ਲੋਕ ਜਿਹੜੇ ਤਰ ਆਪਣੀ ਦੋ ਵਕਤ ਦੀ ਰੋਟੀ ਲਈ ਤਰ ਲਓ ਮੱਛੀ ਹੋ ਰਹੇ ਨੇ ਇਸ ਮਹੀਨੇ ਦੇ ਮਹੀਨੇ ਕਣਕ ਮਿਲੀ ਨਹੀਂ ਜੀ ਨਹੀਂ ਆ ਜਿਹੜੀ ਕਣਕ ਜਿਹੜੀ ਆ ਬਿਲਕੁਲ ਕਣਕ ਜਿਹੜੀ ਆ ਜੀ ਨਹੀਂ ਮਿਲੀ ਤੇ ਇਸ ਵਕਤ ਅਸੀਂ ਦੱਸਣਾ ਚਾਹੁੰਦੇ ਹਾਂ ਹੋਰ ਵੀ ਗੱਲਾਂ ਜਿਹੜੀਆਂ ਹੈਗੀਆਂ ਪ੍ਰੈਸ ਨੂੰ ਸਾਰੀਆਂ ਆਪਣੀ ਸਰਕਾਰ ਤੱਕ ਬਾਜਪੀ ਤੋਂ ਨਾਲ ਚਾਹੁੰਦੇ ਹਾਂ ਕਿਉਂਕਿ ਮਨਰੇਗਾ ਸਕੀਮ ਜਿਹੜੀ ਆ ਉਹ ਇੱਕ ਗਰੰਟੀ ਆ ਗਰੰਟੀ ਆ ਉਹਦੀ ਸਰਕਾਰ ਨੇ ਕੇਂਦਰ ਗੌਰਮੈਂਟ ਨੇ ਦਿੱਤੀ ਹੋਈ ਗਰੰਟੀ ਹੈ ਸਰ ਕਿ ਇਹ ਜਿਹੜਾ ਰੁਜ਼ਗਾਰ ਆ ਕਿ ਕੋਈ ਬੰਦਾ ਸਾਦੇ ਕਾਗਜ਼ ਦਾ ਲਿਖ ਕੇ ਦੇ ਦੇ ਉਹਨੂੰ 100 ਦਿਨ ਦਾ 150 ਦਿਨ ਦਾ ਕੰਮ 100 ਦਿਨ ਦਾ ਲਿਖ ਕੇ ਦੇਣਾ ਜ਼ਰੂਰ ਪੂਰੀ ਆ ਪਰ ਪਿੰਡਾਂ ਦੇ ਵਿੱਚ ਮਨਰੇਗਾ ਦੀਆਂ ਕਾਨੂੰਨ ਦੀਆਂ ਝੱਜੀਆਂ ਡਾਈਆਂ ਜਾ ਰਹੀਆਂ ਲੋਕਾਂ ਨੂੰ ਜਿਹੜਾ ਕਿ ਮਨਰੇਗਾ ਰੁਜ਼ਗਾਰ ਨਹੀਂ ਮਿਲ ਰਿਹਾ ਜੇ ਮਿਲ ਵੀ ਰਿਹਾ ਵਾ ਆਮ ਪਾਰਟੀ ਦੇ ਕਰਿੰਦੇ ਜਿਹੜੇ ਨੇ ਉਹਨਾਂ ਕੋਲ ਕੰਮ ਕਰਾ ਰਹੇ ਨੇ ਪਰ ਇਹ ਆ ਕਿ ਉਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਉਹਨਾਂ ਨੂੰ ਕੰਮ ਮਿਲ ਰਿਹਾ ਉਹ ਕਹਿੰਦੇ ਨੇ ਜੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਉਹ ਜੇ ਇਹ ਅਕਾਲੀ ਅਕਾਲੀ ਕਾਂਗਰਸੀਆਂ ਵਾਲੀ ਨੀਤੀ ਜਿੱਦਾਂ ਸੁਖਜਿੰਦਰ ਰੰਧਾਵਾ ਤੁਸੀਂ ਹੁਣ ਅੱਜ ਜਿਹੜਾ ਧਰਨਾ ਲਾਇਆ ਇਹ ਸਰਕਾਰ ਦੇ ਖਿਲਾਫ ਲਾਇਆ ਬਿਲਕੁਲ ਜੀ ਪੰਜਾਬ ਸਰਕਾਰ ਦੇ ਡੀਪੂ ਹੋਲਡਰ ਦੇ ਖਿਲਾਫ ਦੇਖੋ ਜੀ ਪੰਜਾਬ ਸਰਕਾਰ ਦੇ ਖਿਲਾਫ ਲਾਇਆ ਵਾ ਕਿਉਂਕਿ ਪੰਜਾਬ ਸਰਕਾਰ ਨਾਲ ਸਾਰੇ ਰਿਲੇਟਡ ਮੁੱਦੇ ਨੇ ਅਸੀਂ ਮੁੱਖ ਮੰਤਰੀ ਪੰਜਾਬ ਤੱਕ ਡੀਪੂ ਹੋਲਡਰ ਵੱਲੋਂ ਤੁਹਾਨੂੰ ਕੀ ਕਿਹਾ ਜਾਂਦਾ ਕਿ ਕਣਕ ਮਿਲ ਜੇ ਡੀਪੂ ਹੋਲਡਰ ਵੱਲੋਂ ਕਹਿ ਰਹੇ ਜੀ ਸਾਨੂੰ ਕਣਕ ਜਿਹੜੀ ਆ ਪਿੱਛੋਂ ਨਹੀਂ ਆ ਰਹੀ ਅਸੀਂ ਕੀ ਕਰ ਸਕਦੇ ਹਾਂ ਦੇਖੋ ਜੀ ਡੀਪੂ ਹੋਲਡਰ ਤੇ ਇਹੋ ਕੁਝ ਕਹਿ ਸਕਦਾ ਵਾ ਕਿੰਨੇ ਚਿਰ ਤੱਕ ਤੁਹਾਨੂੰ ਕਣਕ ਨਹੀਂ ਮਿਲਦੀ ਦੇਖੋ ਜੀ ਤੁਹਾਨੂੰ ਦੱਸ ਰਹੇ ਹਾਂ ਕਿ ਜਦੋਂ ਦੀ ਆਮ ਪਾਰਟੀ ਦੀ ਸਰਕਾਰ ਬਣੀ ਆ ਉਦੋਂ ਇਹਨਾਂ ਨੂੰ ਇੱਕੋ ਵਾਰੀ ਕਣਕ ਮਿਲੀ ਆ ਤੇ ਇਹ ਕਿੰਨੇ ਚਿਰ ਬਾਅਦ ਮਿਲਦੀ ਇਹ ਜੀ ਦੇਖੋ ਇਹਨਾਂ ਦਾ ਕੋਟਾ ਕੋਟੇ ਦਾ ਹਿਸਾਬ ਨਾ ਜਿੱਦਾਂ 2 ਵਾਰੀ ਫ੍ਰੀ ਕਣਕ ਆਈ ਆ 2 ਵਾਰੀ ਫ੍ਰੀ ਕਣਕ ਆਈ ਆ ਉਹ ਕਣਕ ਹਜੇ ਤੱਕ ਨਹੀਂ ਫ੍ਰੀ ਕਣਕ ਜਿਹੜੀ ਆ ਉਹ ਵੰਡੀ ਨਹੀਂ ਗਈ ਹੈਗੀ ਪਿੰਡ ਦੇ ਵਿੱਚ ਉਸ ਤੋਂ ਪਹਿਲਾਂ ਕਣਕ ਮਿਲੀ ਸੀ ਉਸ ਤੋਂ ਪਹਿਲਾਂ ਰੈਗੂਲਰ ਕਣਕ ਮਿਲਦੀ ਹੁੰਦੀ ਸੀ ਇਹਨਾਂ ਲੋਕਾਂ ਨੂੰ ਤੇ ਸਰਕਾਰ ਕੋਲੋਂ ਕੀ ਮੰਗ ਕਰਦੇ ਆ ਸਰਕਾਰ ਕੋਲ ਮੰਗ ਕਰਦੇ ਆ ਵੀ ਜਿਹੜੇ ਦੋਸ਼ੀ ਅਧਿਕਾਰੀ ਆ ਉਹਨਾਂ ਤੇ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਲੋਕਾਂ ਤੇ
मनरेगा वालों भी जी गल कर रहे हैं कि जोड़े दोषी अधिकारी जोड़े कपड़ेबाजी कर रहे हैं, जिमें तृप्त बाजवा का राज से तो तृप्त बाजवा मनरेगा का जोड़ा मंत्री से उन्हें भी इस तरह जिमें जोड़ा है किया घटाले व्डे व्डे जोड़े घटाले आ सामने आने वाले ने थोड़े दिन के भी सरकार भी जी नीतियाँ जो उतर आई है मजदूर मारू नीतियाँ नहीं चलन देंगे असी मजदूर माती मारू नीतियाँ भगवंत मान दिया नहीं चलन देंगे। इस करके भगवंत मान साहब आदेश करने चाहिए अपने पार्टी के वर्करा कि तुम जो लोगों के वोटा लैन गए थी क्या असी आम पार्टी ना आम पार्टी के लोग जोड़े आम आदमी रिलेटिड हाँ पर आम पार्टी आम लोग जोड़े ने लोग की कर रहे हैं देखो आरटीआई का देखो एक आरटीआई दस रहे हैं एक आरटीआई पाई हुई है जी रिकॉर्ड मंगने वास्ते डीसी साहब ने जी है कोई इन्होंने जवाब ही नहीं दिता 157 नंबर डायरी आ देखो कानून दिया तेजिया उडा के कानून दिया तेजिया उडा के ये आरटीआई का वीडियो जो ब्लाक का अधिकारी अफसर है उन्हें जवाब नहीं दिता असं अवरुद्ध कोर्ट से जा रहे हैं असी मांग की जो पिंड के छप्पड़ का रिकॉर्ड दिता जाए जो बकाया वा ग्रंटा वा ग्रंटा देखो जी असं सारे मुद्दे उठावे असं एक नहीं मुद्दे उठावे असं किसान का मुद्दा भी उठावे असं मजदूर का मुद्दा भी उठावे साडा राइट बनता वा अज का देखो जी मुद्दा साडा एक मनरेगा का एक साडा बिल्कुल जोड़ा है वा कणक का वा एक साडा कन्न किसान के गन्ने का बकाया जोड़ा वा वो रहा वा एक ये जी आरटीआई आए बारे वीडियो साहब न पूछा भी तुम दोषी हो ता अधिकारी जोड़े अफसर ने दोषी ने इन्हें कार्रवाई करो नहीं तो डीसी साहब नूं असी एक गुजारिश एक बार करा जो गुजारिश साड़ी सरकार ना हुई तो असं कोर्ट से जावे सर जिस तरह बलबीर सिंह पन्नू जो चेयरमैन बने हाँ जी देखो जी बलबीर सिंह पन्नू साहब उन्होंने खौफ ही इन्ना पाता लोगों के मन के क्योंकि अपने आप मजीठिया साहब मतलब कि मजीठिया के उन्होंने कोई अंतर जहा नहीं मैंने लगता है क्योंकि जो जो लोग उन्होंने इलाके के लोग दस रहे हैं वैसे उन्होंने को महकमा आया है कणक का जे पन्नू साहब जे ये गल वाल ध्यान नहीं देंगे तो पन्नू साहब का भी धरना जरा घराओ कर असं गुरेज नहीं करा। मैं जी कामरेड मनजीत राज बटाला अज मजदूर ट्रेड यूनियन और पंजाब वालों तीन जगह से धरना दिता गया गुरु रविदास चौंक फूड इंस्पैक्टर के दफ्तर पी डी ओ दफ्तर फतेहगढ़ चूड़िया चित्तौड़गढ़। देखो जी पंजाब सरकार के खिलाफ से ये रिलेटड मुद्दों के संबंध के मनरेगा रेता बजरी महंगी होने के कार जी कारण है जोड़ा रेता मे बजरी महंगी हुई है स्टैप नंबर चार एक आर टी आई सी साड़ी बी डी ओ दफ्तर के जी वो तीन महीने का समा चार महीने का समा बीत जाते भी वह जवाब नहीं दिता। फिर होर भी कई मुद्दे से जिसे रिलेटड जोड़े बी डी ओ साहब के होंगे जिमें कच्चे कुटिया की ग्रेडा पर पहले सब तो पहला फूड इंस्पैक्टर के दफ्तर गए वो दफ्तर भी जोड़ा बिल्कुल खाली से फोटो असी सेंड की वा प्रैस वीर क्योंकि ना तो बी डी ओ साहब सानू मिले इतने बी डी ओ दफ्तर आए हैं पहले बी डी ओ साहब कह रहे थे असं दौरे पर गए हैं मुड़ के फोन पर गल की जो प्रैस वाले ने गल करवाने की कोशिश की पर प्रैस वाले ने उन्होंने गल नहीं की। उस तो बाद जो असी उन्होंने बाद जो मुलाजम एक कह लगे भी साढ़े ना गल करो उन्होंने चेर असी अचताम नहीं दे के ये धरना जोड़ा वा समाप्त करता कि तुम जे साड़िया मंगा जीडिया पूरी ना कीतियाँ असं यह मुद्दे जोड़ा घर रात दिन धरना जोड़ा शुरू कर देंगे। इस करके दसना चाहते कि फूड इंस्पैक्टर भी कह रहा से अपने तत्व चो तो बी डी ओ साहब भी कह रहे कि बी डी ओ साहब कह रहे कि मैं ए डी सी साहब की मीटिंग से गए चलिया वा ए डी सी साहब ने यह प्रैस पूछे चाहे कोई जोड़ा है वा कोई भी रिलेटड बंदा वा पूछे पर यह है कि खाली दफ्तर पाए गए इन्हों एक दो मुला इक्की दुक्की मुलाजम है जोड़े जोड़े कोई जोड़े कोई विषय ना संबंध ही नहीं रखते जोड़े लोग गल कर पा रहे हैं। इस करके असी मंग करते हैं पंजाब सरकार तो यह दोवें दफ्तर के फूड सप्लाई के जोड़ा विभाग का दफ्तर है तो बी डी ओ ब्लाक का दफ्तर जोड़ा वा ये उत्ते कड़ी कार्रवाई की जाए। धन्यवाद।